ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ ਕੀ ਹਾਲ ਚਾਲ ਨੇ ਜੀ ਸੋ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਮ ਹੋਗੇ ਤਾਂ ਦੋਸਤੋ ਇਸ ਵੀਡੀਓ ਵਿੱਚ ਆਪਾਂ ਇੱਕ ਨਵੀਂ ਪਰਤੀ ਦੀ ਗੱਲ ਕਰਨ ਜਾ ਰਹੇ ਹਾਂ ਜੀ ਜਿਹੜੀ ਕੱਢੀ ਗਈ ਹੈ ਸੈਂਟਰਲ ਆਰਮਡ ਪੁਲਿਸ ਫੋਰਸ ਦੇ ਵਿੱਚ ਸੋ ਇਹ ਬਹੁਤ ਵੱਡੀ ਪਰਤੀ ਕੱਢੀ ਗਈ ਹੈ ਜੀ ਅਸਿਸਟੈਂਟ ਕਮਾਂਡੈਂਟ ਦੀ ਇਹ ਪਰਤੀ ਰਹੇਗੀ ਠੀਕ ਹੈ ਤੇ ਇਸ ਦਾ ਅਫੀਸ਼ਲ ਨੋਟੀਫਿਕੇਸ਼ਨ ਆਊਟ ਹੋ ਚੁੱਕਿਆ ਹੈ ਤੇਰਾ ਜਿਹੜੀ ਇਹ ਸੈਂਟਰਲ ਆਰਮਡ ਪੁਲਿਸ ਫੋਰਸ ਦੀ ਪਰਤੀ ਹੈ ਇਹ ਲਗ ਲਗ ਫੋਰਸ ਦੇ ਵਾਈਜ਼ ਪਰਤੀ ਹੁੰਦੀ ਹੈ ਠੀਕ ਹੈ ਸੋ ਸਾਰੀ ਆਪਾਂ ਡਿਟੇਲ ਜਾਣਕਾਰੀ ਇਸ ਵੀਡੀਓ ਵਿੱਚ ਦੇਖਣ ਵਾਲੇ ਆ ਤੇ ਮੁੰਡੇ ਕੁੜੀਆਂ ਵਾਸਤੇ ਬਹੁਤ ਵਧੀਆ ਮੌਕਾ ਹੈ ਜੀ ਜੋ ਜ਼ਰੂਰ ਅਪਲਾਈ ਕਰਿਓ ਇਸ ਵਾਸਤੇ ਠੀਕ ਹੈ ਤਾਂ ਚਲਦੇ ਆਪਾਂ ਨੋਟੀਫਿਕੇਸ਼ਨ ਚੈੱਕ ਕਰਦੇ ਆ ਤਾਂ ਹਾਂ ਜੀ ਰਾਜੇ ਜੋ ਪੋਸਟ ਹੈ ਇਹ ਯੂਪੀਐਸਸੀ ਦੇ ਅੰਡਰ ਕੱਢੀ ਗਈ ਹੈ ਠੀਕ ਹੈ ਜਿਹੜੀ ਕਿ ਸੈਂਟਰਲ ਆਰਮਡ ਪੁਲਿਸ ਫੋਰਸ ਅਸਿਸਟੈਂਟ ਕਮਾਂਡੈਂਟ ਦੀ ਵੈਕੈਂਸੀ ਹੈ ਜਿਸ ਦੇ ਜੋ ਫਾਰਮ ਨੇ ਉਹ B ਤੋਂ B4 ਤੋਂ ਜੋ ਆਲਰੇਡੀ ਸਟਾਰਟ ਹੋ ਚੁੱਕੇ ਨੇ ਅੱਜ ਤੋਂ ਤੇ ਇਸ ਦੀ ਲਾਸਟ ਡੇਟ ਰਹੇਗੀ ਇਹ ਦੇਖ ਸਕਦੇ ਹੋ ਲਾਸਟ ਡੇਟ ਠੀਕ ਹੈ ਸੋ ਸਾਰੀ ਨੋਟੀਫਿਕੇਸ਼ਨ ਹੈ ਤਾਂ نیچے ਚੱਲਾਂਗੇ ਆਪਾਂ ਤਾਂ ਫਿਰ ਜੋ ਫੋਰਸਾਂ ਦੇ ਤੱਤੀਆਂ ਨੇ ਇਹਨਾਂ ਦੇਖੋ ਇਹਨਾਂ ਚੱਲੇ ਵੈਕੈਂਸੀਜ਼ ਦੇਖਾਂਗੇ ਆਪਾਂ ਦੇਖੋ ਇਹ ਦਿੱਤੀ ਨੇ ਵੈਕੈਂਸੀਜ਼ ਸਭ ਤੋਂ ਪਹਿਲਾਂ ਬੀਐਸਐਫ ਦੀ ਹੈ ਛੱਟ ਪੋਸਟਾਂ ਨੇ ਉਸ ਤੋਂ ਬਾਅਦ ਸੀਆਰਪੀਐਫ 29 ਪੋਸਟਾਂ ਫਿਰ ਸੀਆਈਐਸ ਦੀਆਂ 62 ਪੋਸਟਾਂ ਆਈਟੀਬੀਪੀ ਦੀਆਂ 14 ਪੋਸਟਾਂ ਤੇ ਅੱਗੇ ਹੈ ਐਸਐਸਬੀ ਦੀਆਂ ਜਿਸ ਦੇ ਵਿੱਚ 82 ਪੋਸਟਾਂ ਨੇ ਕੁੱਲ 253 ਇਸ ਦੇ ਵਿੱਚ ਪੋਸਟਾਂ ਦਿੱਤੀਆਂ ਨੇ ਕੁੱਲ ਜੀ ਠੀਕ ਹੈ ਸਾਰੀ ਪੋਸਟਾਂ ਨੂੰ ਜੋੜ ਕੇ ਠੀਕ ਹੈ ਜੀ ਇਹ ਸਾਰੀ ਤੁਸੀਂ ਵੇਖ ਲਿਓ ਤਾਂ نیچے ਚੱਲਾਂਗੇ ਆਪਾਂ ਇਹ ਐਗਜ਼ਾਮੀਨੇਸ਼ਨ ਸੈਂਟਰ ਦਿੱਤੇ ਨੇ ਜੇ ਤੇ ਤੁਹਾਡਾ ਐਗਜ਼ਾਮ ਹੋ ਸਕਦਾ ਹੈ ਠੀਕ ਹੈ ਜੀ ਆਪਣਾ ਪੰਜਾਬ ਦੇ ਵਿੱਚ ਹੈ ਤਾਂ ਆਪਣਾ ਐਗਜ਼ਾਮ ਹੋਏਗਾ ਜੀ ਚੰਡੀਗੜ੍ਹ ਦੇ ਵਿੱਚ ਠੀਕ ਹੈ ਦੇਖ ਸਕਦੇ ਹੋ ਚੰਡੀਗੜ੍ਹ ਦੇ ਵਿੱਚ ਆਪਣਾ ਸੈਂਟਰ ਪਏਗਾ ਜਿਹੜਾ ਆਪਣਾ ਐਗਜ਼ਾਮ ਹੋ ਸਕਦਾ ਹੈ ਜੀ ਠੀਕ ਹੈ ਜੀ ਨੀਚੇ ਚੱਲਾਂਗੇ ਹੋਰ ਆਪਾਂ ਇਸ ਦੇ ਵਿੱਚ ਦੇਖਦੇ ਹਾਂ ਜੋ ਜ਼ਰੂਰੀ ਗੱਲਾਂ ਹੋਣਗੀਆਂ ਇਸ ਦੇ ਵਿੱਚ ਕੁਆਲਿਫੀਕੇਸ਼ਨਸ ਵੇਰ ਆਪਾਂ एलिਜੀਬਿਲਟੀ ਕੰਡੀਸ਼ਨਸ ਦੇ ਵਿੱਚ ਦੇਖ ਲੈਣੇ ਆ ਠੀਕ ਹੈ ਏਜ ਲਿਮਿਟਰੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਏਜ ਇਸ ਦੇ ਵਿੱਚ ਮੰਗੀ ਗਈ ਹੈ ਦੇਖੋ 20 ਸਾਲ ਤੋਂ ਲੈ ਕੇ 25 ਸਾਲ ਤੱਕ ਠੀਕ ਹੈ ਜੀ ਜਨਨਕੀ ਇਹ ਇਸ ਕਾਊਂਟ ਕੀਤੀ ਜਾਏਗੀ 1 ਅਗਸਤ 2022 ਤੱਕ ਇਸ ਦੇ ਵਿੱਚ ਏਜ ਕਾਊਂਟ ਕੀਤੀ ਜਾਏਗੀ ਜਨਨਕੀ 20 ਸਾਲ ਤੋਂ ਲੈ ਕੇ 25 ਸਾਲ ਤੱਕ ਦੇ ਜੋ ਕੈਂਡੀਡੇਟ ਨੇ ਸੋ ਇਸ ਪੋਸਟ ਵਾਸਤੇ ਅਪਲਾਈ ਕਰ ਸਕਦੇ ਨੇ ਜੀ ਠੀਕ ਹੈ ਬਾਕੀ ਇਸ ਦੇ ਵਿੱਚ ਰੈਲੈਕਸੇਸ਼ਨ ਵੀ ਦਿੱਤਾ ਜਾਵੇਗਾ ਐਸਸੀ ਐਸਟੀ ਨੂੰ 5 ਸਾਲ ਦਾ ਤੇ ਓਬੀਸੀ ਨੂੰ 3 ਸਾਲ ਦਾ ਉਸੇ ਤਰ੍ਹਾਂ ਹੀ ਜਿਵੇਂ ਹੋਰ ਫ੍ਰੀਕਵੈਂਸੀ ਦਿੱਤਾ ਜਾਂਦਾ ਹੈ ਠੀਕ ਹੈ ਜੀ ਨੀਚੇ ਹੋਰ ਦੇਖੋ ਨੈਕਸਟ ਰਾਜ ਦੇਖੋ ਇਸ ਦੇ ਵਿੱਚ ਜੋ ਕੁਆਲਿਫੀਕੇਸ਼ਨ ਇਸ ਦੇ ਵਿੱਚ ਲਈ ਜਾਵੇਗੀ ਐਜੂਕੇਸ਼ਨ ਕੁਆਲਿਫੀਕੇਸ਼ਨ ਇਸ ਦੇ ਵਿੱਚ ਬੈਚਲਰ ਡਿਗਰੀ ਠੀਕ ਹੈ ਕਿਸੇ ਵੀ ਯੂਨੀਵਰਸਿਟੀ ਜਾਂ ਫਿਰ ਕਿਸੇ ਬੋਰਡ ਤੋਂ ਨੇ ਜੋ ਬੀਏ ਪਾਸ ਕੀਤੀ ਹੋਈ ਹੈ ਤਾਂ ਤੁਸੀਂ ਇਸ ਪੋਸਟ ਵਾਸਤੇ ਅਪਲਾਈ ਕਰ ਸਕਦੇ ਹੋ ਜੀ ਸੋ ਬੈਚਲਰ ਡਿਗਰੀਸ ਦੇ ਵਿੱਚ ਮੰਗੀ ਗਈ ਹੈ ਚਾਰਟਸ ਦੇ ਵਿੱਚੋਂ ਵੀ ਕਿਸੇ ਵਿੱਚ ਵੀ ਹੋਵੇ ਤਾਂ ਤੁਸੀਂ ਇਸ ਪੋਸਟ ਵਾਸਤੇ ਅਪਲਾਈ ਕਰ ਸਕਦੇ ਹੋ ਠੀਕ ਹੈ ਨੀਚੇ ਇਸ ਦੇ ਵਿੱਚ ਫਿਜ਼ੀਕਲ ਵੀ ਹੋਏਗਾ ਪੀ ਪ੍ਰੋਗਰਾਮ ਸਭ ਕੁਝ ਹੋਏਗਾ ਤਾਂ ਫਿਜ਼ੀਕਲ ਇਸ ਦੇ ਵਿੱਚ ਸਟੈਂਡਰਡ ਮੰਗੇ ਜਾਏਗਾ ਉਹ ਅੱਪ ਅੱਗੇ ਗੱਲਬਾਤ ਕਰਾਂਗੇ ਠੀਕ ਹੈ ਨਾਲੇ ਫੀਸ ਦੀ ਗੱਲ ਕਰ ਲੈਣੇ ਇਸ ਦੇ ਵਿੱਚ ਸੋ ਇਸ ਵਾਸਤੇ ਫੀਸ ਜੋ ਰੱਖੀ ਗਈ ਹੈ ਰਾਜੀ ਉਹ 200 ਰੁਪਿਆ ਇਸ ਦੇ ਵਿੱਚ ਫੀਸ ਹੈ ਜੋ ਹੋਰ ਰੱਖੀ ਗਈ ਹੈ ਠੀਕ ਹੈ ਤਾਂ ਇਹ ਤੁਸੀਂ ਨੋਟ ਕਰ ਲਿਓ ਜਰੂਰ ਤਾਂ ਅਰਾਜਾ ਪਾਕ ਅੱਗੇ ਗੱਲ ਕਰਦੇ ਹਾਂ ਉਸ ਦੇ ਸਿਲੈਕਸ਼ਨ ਪ੍ਰੋਸੈਸ ਬਾਰੇ ਤਾਂ ਸਿਲੈਕਸ਼ਨ ਪ੍ਰੋਸੈਸ ਇਸ ਦਾ ਵਿੱਚ ਕਿਵੇਂ ਰਹੇਗਾ ਦੇਖੋ ਸਲੈਬਸ ਵਗੈਰਾ ਸਾਰਾ ਕੁਝ ਦਿੱਤਾ ਇਹਨਾਂ ਨੇ ਇਹ ਦੇਖ ਸਕਦੇ ਹੋ ਸਿਲੈਕਸ਼ਨ ਪ੍ਰੋਸੈਸ ਜਿਸ ਦੇ ਵਿੱਚ ਰਿਟਨ ਇਗਜ਼ਾਮ ਹੋਵੇਗਾ ਤੁਹਾਡਾ ਸਭ ਤੋਂ ਪਹਿਲਾਂ ਤੇ ਰਿਟਨ ਇਗਜ਼ਾਮ ਦੀ ਇਸ ਦੀ ਡੇਟ ਵੀ ਦਿੱਤੀ ਗਈ ਹੈ ਰਾਜੀ ਉਹ ਕੋ ਦਿੱਤੀ ਗਈ ਹੈ 7 ਅਗਸਤ 2022 ਇਹ ਤੁਸੀਂ ਜੇ ਚੈੱਕ ਕਰ ਸਕਦੇ ਹੋ 7 ਅਗਸਤ 2022 ਨੂੰ ਇਸ ਦੇ ਵਿੱਚ ਟੂ ਪੇਪਰ ਇਸ ਦੇ ਵਿੱਚ ਦੋ ਪੇਪਰ ਲੈ ਜਾਣਗੇ ਤੁਹਾਡੇ ਠੀਕ ਹੈ ਜੀ ਜਿਸ ਦੇ ਵਿੱਚ ਜਿਹੜਾ ਪਹਿਲਾ ਪੇਪਰ ਹੋਏਗਾ ਤੁਹਾਡਾ ਉਹ ਹੋਏਗਾ ਜੀ 10 ਤੋਂ ਲੈ ਕੇ 12 ਵਜੇ ਤੱਕ ਠੀਕ ਹੈ 10 ਤੋਂ ਲੈ ਕੇ 12 ਵਜੇ ਤੱਕ ਦਾ ਪਹਿਲਾ ਪੇਪਰ ਹੋਏਗਾ ਉਸ ਤੋਂ ਬਾਅਦ ਹੀ 2 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡਾ ਦੂਜਾ ਪੇਪਰ ਹੋਏਗਾ ਠੀਕ ਹੈ ਦੋ ਪੇਪਰ ਇਸ ਦੇ ਵਿੱਚ ਲਈ ਜਾਣਗੇ 7 ਅਗਸਤ 2022 ਨੂੰ ਸੂਚਿਤ ਡੇਟ ਵੀ ਦਿੱਤੀ ਹੈ ਬਾਕੀ ਟੈਂਟੇਟਿਵ ਹੈ ਅੱਗੇ ਪੁੱਛੀ ਫਾਰਮੈਟ ਹੋ ਸਕਦੀ ਹੈ ਠੀਕ ਹੈ ਜੀ ਤੇ ਨੈਕਸਟ ਆਪਾਂ ਗੱਲ ਕਰਾਂਗੇ ਜੋ ਪੇਪਰ 1 ਹੈ ਦੇਖੋ ਸੂਚਿਤ ਵਾਸਤੇ ਜੋ 250 ਮਾਰਕਸ ਦਾ ਪੇਪਰ ਹੈਗਾ ਜਨਰਲ ਅਬਿਲਿਟੀ ਐਂਡ ਇੰਟੈਲੀਜੈਂਸ ਇਸ ਦੇ ਵਿੱਚ 250 ਮਾਰਕਸ ਦੇ ਪੁੱਛੀ ਜਾਵੇਗੀ ਤੇ ਇਸ ਦੇ ਵਿੱਚ ਮਲਟੀਪਲ ਆਫ ਅਨਸਰ ਰਹਿਣਗੇ ਜਨਨ ਕਿ ਆਬਜੈਕਟ ਟਾਈਪ ਐਮਸੀਕਿਊ ਦੇ ਵਿੱਚ ਠੀਕ ਹੈ ਜੀ ਇੰਗਲਿਸ਼ ਤੇ ਹਿੰਦੀ ਦੇ ਵਿੱਚ ਇਹ ਪੁੱਛੀ ਜਾਣਗੇ ਠੀਕ ਹੈ 250 ਮਾਰਕਸ ਤੇ ਜਨਰਲ ਅਬਿਲਟੀ ਐਂਡ ਇੰਟੈਲੀਜੈਂਸ ਨੈਕਸਟ ਪੇਪਰ 2 ਦੇ ਵਿੱਚ ਦੇਖ ਲਓ ਜਨਰਲ ਸਟੱਡੀਜ਼ ਏਸੇ ਐਂਡ ਕੰਪਰੀਹੈਂਸ਼ਨਸ ਇਹ ਕਿਨੇ ਦੇ 200 ਮਾਰਕਸ ਦੇ ਪੁੱਛੇ ਜਾਣਗੇ ਠੀਕ ਹੈ ਜੀ ਇਹ ਦੂਜਾ ਪੇਪਰ ਹੋਏਗਾ ਤੁਹਾਡਾ ਇਸ ਦੇ ਵਿੱਚ 200 ਮਾਰਕਸ ਦੇ ਪੁੱਛੇ ਜਾਣਗੇ ਇਹ ਵੀ ਤੁਸੀਂ ਨੋਟ ਰੱਖਿਓ ਦੋਨੇ ਹੀ ਠੀਕ ਹੈ ਪਹਿਲਾ 250 ਮਾਰਕਸ ਦਾ ਦੂਜਾ 200 ਮਾਰਕ नीचे फिजिकल वाली तत्ता देखो इस ਇਹ ਫਿਜ਼ੀਕਲ ਸਟੈਂਡਰਡ ਐਂਡ ਫਿਜ਼ੀਕਲ ਐਫੀਸ਼ੀਐਂਸ ਟੈਸਟ ਬਾਈ ਦੱਸਿਆ ਗਿਆ ਜਿਸ ਦੇ ਵਿੱਚ ਤੁਹਾਡਾ ਹੋਏਗਾ ਰਹੋ ਤੋਂ ਰੇਸ 100 ਮੀਟਰ ਰੇਸ ਹੋਏਗੀ ਜੋ ਕਿ ਮੁੰਡਿਆਂ ਵਾਸਤੇ ਹੈ 16 ਸੈਕਿੰਡ 100 ਮੀਟਰ ਰੇਸ ਉਸ ਤੋਂ ਬਾਅਦ ਲੜਕੀਆਂ ਵਾਸਤੇ 18 ਸੈਕਿੰਡ ਇਹ 100 ਮੀਟਰ ਰੇਸ ਹੈ ਨੈਕਸਟ ਹੋਏਗੀ 800 ਮੀਟਰ ਰੇਸ ਲੜਕੀਆਂ ਵਾਸਤੇ 3 ਮਿੰਟ 45 ਸੈਕਿੰਡ ਦਿੱਤੇ ਗਏ ਨੇ ਉੱਥੇ ਹੀ ਲੜਕੀਆਂ ਵਾਸਤੇ ਹੈ 4 ਮਿੰਟ 45 ਸੈਕਿੰਡ ਠੀਕ ਹੈ ਜੀ 4 ਮਿੰਟ 45 ਸੈਕਿੰਡ ਫਿਰ ਹੋਏਗਾ ਲੌਂਗ ਜੰਪ ਸੋ ਲੜਕਿਆਂ ਵਾਸਤੇ ਹੈ 3.5 ਮੀਟਰ ਦਾ ਜਿਸ ਦੇ ਵਿੱਚ ਤਿੰਨ ਚਾਂਦ ਤੁਹਾਨੂੰ ਦਿੱਤੇ ਜਾਣਗੇ ਜਿਵੇਂ ਆਪਣੇ ਹੋਰ ਪੁਲਿਸ ਵਗੈਰਾ ਦੇ ਪਰਚੀ ਵਿੱਚ ਦਿੱਤੇ ਜਾਂਦੇ ਨੇ ਇਸ ਤਰ੍ਹਾਂ ਹੀ ਫੀਮੇਲਸ ਵਾਸਤੇ ਜਾਨਕੀ ਲੜਕੀਆਂ ਵਾਸਤੇ ਹੈ ਜੀ 3 ਮੀਟਰ ਇਸ ਦੇ ਵਿੱਚ ਤਿੰਨ ਚਾਂਦ ਦਿੱਤੇ ਜਾਣਗੇ ਫਿਰ ਹੋਏਗਾ ਚੌਥੇ ਨੰਬਰ ਤੇ ਸ਼ਾਰਟ ਪੁੱਟ ਜੋ ਕਿ ਹੈ 7.26 ਕਿਜੀ ਇਸ ਦੇ ਵਿੱਚ ਜੋ ਦੇਖਣਾ ਪੈਗਾ ਤੁਹਾਨੂੰ ਉਹ ਜੀ 4.5 ਮੀਟਰ ਦਾ ਤੇ ਲੜਕੀਆਂ ਵਾਸਤੇ ਨਹੀਂ ਹੈ ਠੀਕ ਹੈ ਇਹ ਤੁਸੀਂ ਨੋਟ ਰੱਖ ਕੇ ਫਿਜ਼ੀਕਲ ਦਿਨ ਜੋ ਕਿ ਪੇਪਰ ਤੋਂ ਬਾਅਦ ਲਈ ਜਾਣਗੇ ਇਹ ਜਿਹੜੀ ਕਿ ਸ਼ਾਰਟ ਇਟ ਹੋਣਗੇ ਕੈਂਡੀਡੇਟ ਉਸ ਤੋਂ ਬਾਅਦ ਉਸ ਤੋਂ ਬਾਅਦ ਰਾਜੇ ਆਪਾਂ ਅੱਗੇ ਚੱਲਾਂਗੇ ਤਾਂ ਅੱਗੇ ਦੇਖੋ ਇਸ ਦੇ ਵਿੱਚ ਹੋਏਗੀ ਜੀ ਇੰਟਰਵਿਊ ਇੰਟਰਵਿਊ ਪਰਸਨੈਲਿਟੀ ਟੈਸਟ ਦੇ ਵਿੱਚ ਰੱਖਿਆ ਗਿਆ ਹੈ ਠੀਕ ਹੈ ਸੋ ਇਹ ਕਿੰਨੇ ਮਾਰਕ ਦੀ ਰਹੇਗੀ ਇਹ ਤੁਹਾਡੇ ਕੋਲ ਦੇਖੋ ਨੀਚੀ ਦੇਖਾਂ ਚੱਲਾਂਗਾ ਆਪਾਂ ਆ ਦੇਖੋ ਦਾ ਇੰਟਰਵਿਊ ਪਰਸਨੈਲਿਟੀ ਟੈਸਟ ਹੈ ਜੋ ਇਹ ਰਹੇਗੀ 150 ਮਾਰਕ ਦੀ ਜਨਕੀ 150 ਮਾਰਕ ਦੀ ਜੋ ਤੁਹਾਡੇ ਕੋਲ ਇੰਟਰਵਿਊ ਪਰਸਨੈਲਿਟੀ ਟੈਸਟ ਇਸ ਦੇ ਵਿੱਚ ਰਹੇਗੀ ਜੀ ਠੀਕ ਹੈ ਉਸ ਤੋਂ ਬਾਅਦ ਬਣੇਗੀ ਫਾਈਨਲ ਸਿਲੈਕਸ਼ਨ ਲਿਸਟ ਜਨਕੀ ਮੈਟ ਲਿਸਟ ਜੋ ਫਾਈਨਲ ਬਣੇਗੀ ਸੋ ਇਹਨਾਂ ਜੋੜ ਕੇ ਹੀ ਬਣੇਗੀ ਦੋਸਤੋ ਠੀਕ ਹੈ ਜੀ ਤੇ ਇਹ ਤੁਹ ਤੇ نیچے ਦੇਖੋ ਸਿਲੇਬਸ ਵੀ ਦਿੱਤਾ ਇਹਨਾਂ ਨੇ ਕਿਸ-ਕਿਸ ਸਿਲੇਬਸ ਦੇ ਵਿੱਚੋਂ ਪੇਪਰ 1 ਦੇ ਵਿੱਚੋਂ ਕੀ ਕੀ ਪੁੱਛਿਆ ਜਾਏਗਾ ਸਾਰਾ ਸਿਲੇਬਸ ਦਿੱਤਾ ਹੈ ਇਹਨਾਂ ਨੇ ਠੀਕ ਹੈ ਇਹ ਤੁਸੀਂ ਸਾਰਾ ਚੈੱਕ ਕਰ ਲਿਓ ਇੱਕ ਵਾਰ ਇਸੇ ਤਰ੍ਹਾਂ ਹੀ نیچے ਦੇਖੋ ਪੇਪਰ 2 ਦੇ ਵਿੱਚ ਵੀ ਦਿੱਤਾ ਹੈ ਇਹਨਾਂ ਸਾਰਾ ਸਿਲੇਬਸ ਠੀਕ ਹੈ ਜੀ ਇਹ ਤੁਸੀਂ ਸਾਰਾ ਚੈੱਕ ਕਰ ਲਿਓ ਆਪਾਂ ਨੋਟੀਫਿਕੇਸ਼ਨ ਦੀ ਜਿਹੜੀ PDF ਹੋएगी ਆਪਾਂ ਟੈਲੀਗ੍ਰਾਮ ਚੈਨਲ ਦੇ ਉੱਪਰ ਸੈਂਡ ਕਰ ਦਾਂਗੇ ਤੇ ਉੱਥੋਂ ਤੁਸੀਂ ਡਾਊਨਲੋਡ ਕਰਕੇ ਸਾਰਾ ਇਹ ਪੜ੍ਹ ਲਿਓ ਫਿਰ ਤੁਸੀਂ ਅਪਲਾਈ ਕਰਨਾ ਇਸ ਪੋਸਟ ਵਾਸਤੇ ਠੀਕ ਹੈ ਜੀ ਇੱਕ ਹੋਰ ਪੁਆਇੰਟ ਆਉਟ ਆਉਂਦਾ ਹੈ ਤਾਂ ਸਭ ਨੂੰ ਆਪਾਂ ਨੂੰ ਜੋ ਆਪਣਾ ਲਿੰ ਜੇ ਪਰ ਕਮੈਂਟ ਬਾਕਸ ਨੂੰ ਦੱਸ ਦਿਓ ਆਪਾਂ ਤੁਰੀ ਜਰੂਰ ਇਸ ਦਾ ਹੱਲ ਕਰਾਂਗੇ ਕੋਈ ਵੀ ਜੋ ਕੋਈ ਡਾਊਟ ਆਉਂਦਾ ਹੈ ਠੀਕ ਹੈ ਜੀ ਤੇ ਜੇਕਰ ਵੀਡੀਓ ਤੇ ਲੱਗਿਆ ਤਾਂ ਪਲੀਜ਼ ਵੀਡੀਓ ਨੂੰ ਬਤ ਵਤ ਲਾਈਕ ਕਰਿਓ ਜੀ ਤੇ ਇਸ ਵੀਡੀਓ ਆਪਣੇ ਦੋਸਤਾਂ ਨੂੰ ਬਤ ਵਤ ਸ਼ੇਅਰ ਕਰਿਓ ਠੀਕ ਹੈ ਤੇ ਮਿਲਦੇ ਹਾਂ ਨੈਕਸਟ ਟਾਈਮ ਨੈਕਸਟ ਵੀਡੀਓ ਦੇ ਵਿੱਚ ਤਦ ਲਈ ਹੋ ਗਏ ਥੈਂਕ ਯੂ ਥੈਂਕਸ ਫॉर ਵਾਚਿੰਗ